ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਫਟਾਫਟ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਮੈਂ ਹੁਣੇ ਸ਼ਾਮ ਨੂੰ ਤੁਹਾਡੇ ਪ੍ਰੋਗਰਾਮ ਵਿੱਚ, ਤੇ ਮੈਂ ਸੋਚਿਆ ਕਿ ਮੈਂ ਆਪਣੇ ਹਸਬੈਂਡ ਬਾਰੇ ਤੁਹਾਡੇ ਨਾਲ ਗੱਲ ਕਰਾਂ। ਪਲੀਜ਼ ਪਲੀਜ਼, ਥੈਂਕ ਯੂ। ਕੌਣ ਬੋਲ ਰਹੇ ਹੋ? ਮੈਂ ਸੁਖਜਿੰਦਰ ਬੋਲ ਰਹੀ ਹਾਂ। ਹਾਂਜੀ ਸੁਖਜਿੰਦਰ ਜੀ, ਕੀ ਸ਼ੇਅਰ ਕਰੋਗੇ? ਮੈਂ ਦੱਸਦੀ ਆਪਣੇ ਹਸਬੈਂਡ ਦੇ ਬਾਰੇ। ਇੱਕ ਤਾਂ ਮੇਰੇ ਹਸਬੈਂਡ ਦੀ ਗੁੱਸਾ ਬਿਲਕੁਲ ਨਹੀਂ ਆਉਂਦਾ, ਬਿਲਕੁਲ ਵੀ ਨਹੀਂ ਗੁੱਸਾ ਆਉਂਦਾ। ਅੱਛਾ ਜੀ। ਮੈਂ ਬਹੁਤ ਮਤਲਬ ਕਿ ਕਈ ਵਾਰੀ ਇਹ ਵੀ ਸੋਚ ਚੁੱਕੀ ਹਾਂ ਕਿ ਕਿਹੋ ਜਿਹਾ ਇਨਸਾਨ ਹੈ ਕਿ ਗੁੱਸਾ ਹੀ ਨਹੀਂ ਆਉਂਦਾ। ਮੈਂ ਪਈ ਆ ਜਾਂ ਮੈਨੂੰ ਬਿਮਾਰ ਆ, ਮੈਨੂੰ ਕਦੇ ਕੁਛ ਨਹੀਂ ਕਹਿਣਾ ਕਿ ਤੂੰ ਆ ਕਰ। ਉਹਨਾਂ ਨੂੰ ਲੱਗਣਾ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ, ਬੱਚਿਆਂ ਨੂੰ ਵੀ ਸਾਂਭ ਲੈਣਾ, ਤੇ ਮੈਨੂੰ ਖੁਦ ਨੂੰ ਮਹਿਸੂਸ ਹੁੰਦਾ ਰਹਿੰਦਾ ਕਿ ਨਹੀਂ ਮੈਂ ਨਹੀਂ ਕਰਨਾ ਦੇਣਾ ਇਹਨਾਂ ਨੂੰ, ਕੋਈ ਕੰਮ ਨਹੀਂ ਕਰਨ ਦੇਣਾ, ਵੀ ਅਸੀਂ ਖਿੱਚ ਖਿੱਚ ਕੇ ਬਿਠਾਉਣੇ ਨਹੀਂ, ਬਹਿ ਜਾਓ। ਨਹੀਂ ਉਹਨਾਂ ਨੂੰ ਕਹਿਣਾ ਤੁਸੀਂ ਕਹਿਣਾ ਹੀ ਨਹੀਂ ਹੈ ਕਿ ਤੁਸੀਂ ਮੈਨੂੰ ਰੋਟੀ ਪਾ ਕੇ ਦੇ ਦਿਓ ਜਾਂ ਕੁਛ ਕਰ ਦਿਓ, ਸਾਨੂੰ ਫਿਕਰ ਰਹਿੰਦਾ ਕਿ ਅਸੀਂ ਦੇਣੀ ਹੈ, ਪਰ ਫਿਰ ਵੀ ਉਹਨਾਂ ਨੂੰ ਕਹਿਣਾ ਨਹੀਂ ਮੈਂ ਆਪ ਹੀ ਕਰ ਲੈਣਾ। ਓਕੇ, ਇੱਕ ਹੋਰ ਦੱਸੋ। ਦੂਜੀ ਗੱਲ, ਉਹਨਾਂ ਦੇ ਵਿੱਚ ਹੰਕਾਰ ਨਹੀਂ ਹੈ ਬਿਲਕੁਲ ਵੀ। ਜਿੱਦਾਂ ਹੁੰਦਾ ਕਿਸੇ ਨੂੰ ਕਿ ਕਿਸੇ ਨੇ ਬਹੁਤ ਵੱਡੀ ਗੱਲ ਕਰ ਦਿੱਤੀ, ਕਿਸੇ ਨੂੰ ਕਹਿ ਦਿੱਤੀ, ਕੁਛ ਜ਼ਿਆਦਾ ਹੀ ਤੰਗ ਕਰ ਦਿੱਤਾ, ਪਰ ਉਹਨਾਂ ਨੇ ਕਹਿਣਾ ਵੀ ਬਸ ਪੈਰ ਫੜ ਲਓ, ਕੁਛ ਨਹੀਂ ਕਿਸੇ ਨੂੰ ਕਹਿਣਾ। ਅੱਛਾ, ਈਰਖਾ ਉਹਨਾਂ ਦੇ ਵਿੱਚ ਨਹੀਂ ਆ, ਕੁਛ ਨਹੀਂ, ਮਤਲਬ ਬਹੁਤ ਨਾਇਸ ਆ। ਅਜੇ ਮੈਂ ਕਹਿੰਦੀ ਨੂੰ ਕਿ ਇਹ ਇੱਦਾਂ ਨਹੀਂ, ਇਹ ਇੱਦਾਂ ਨਹੀਂ, ਫਿਰ ਵੀ ਉਹਨੇ ਕਦੀ ਨਹੀਂ ਬੋਲਿਆ। ਸਭ ਤੋਂ ਵੱਡੀ ਗੱਲ, ਸਭ ਤੋਂ ਮੇਰੇ ਪੇਰੈਂਟਸ ਦੇ ਘਰ ਫੈਮਿਲੀ 'ਚ ਨਾ ਗਾਲਾਂ ਬਹੁਤ ਕਰਦੇ ਸੀ, ਜਾਂ ਹੋਰ ਫੈਮਿਲੀਆਂ 'ਚ ਗਾਲਾਂ ਕਰਦੇ ਸੀ, ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ, ਪਸੰਦ ਨਹੀਂ ਸੀਗਾ। ਪਰ ਮੇਰੇ ਇਨ-ਲੋਜ਼ ਦੇ ਵਿੱਚ, ਮੇਰੀ ਮਦਰ ਇਨ-ਲੋ, ਫਾਦਰ ਇਨ-ਲੋ, ਬਿਲਕੁਲ ਵੀ ਗਾਲ ਨਹੀਂ ਸੀ ਕਰਦੇ, ਕਦੀ ਮੈਂ ਸੁਣੀ ਨਹੀਂ, ਤੇ ਮੇਰੇ ਹਸਬੈਂਡ ਦੇ ਮੂੰਹ ਵੀ ਮੈਂ ਗਾਲ ਨਹੀਂ ਸੁਣੀ ਕਦੀ ਵੀ। ਮੈਂ ਸਭ ਤੋਂ ਵੱਡੀ ਇਹ ਮੈਨੂੰ ਚੰਗਾ ਲੱਗਦਾ। ਬਹੁਤ ਵਧੀਆ ਜੀ, ਥੈਂਕ ਯੂ ਸੋ ਮੱਚ ਇਹ ਸ਼ੇਅਰ ਕਰਨ ਵਾਸਤੇ, ਬਹੁਤ ਵਧੀਆ ਲੱਗਿਆ ਸਾਨੂੰ ਤੁਹਾਡਾ। ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਮੈਂ ਊਸ਼ਾ ਬੋਲ ਰਹੀ ਹਾਂ। ਹਾਂਜੀ ਊਸ਼ਾ ਜੀ, ਕਿਹਦਾ ਬਾਰੇ ਸ਼ੇਅਰ ਕਰੋਗੇ ਤੁਸੀਂ? ਮੈਂ ਆਪਣੇ ਹਸਬੈਂਡ ਦੇ ਬਾਰੇ ਸ਼ੇਅਰ ਕਰ। ਦੱਸੋ। ਉਹ ਤਾਂ ਰਹੇ ਨਹੀਂ। ਅੱਛਾ, ਉਹਨਾਂ ਤੇ 11 ਸਾਲ ਹੋ ਗਏ ਨੇ। ਹੁਣ ਕਿਹਦੇ ਨਾਲ ਰਹਿੰਦੇ ਹੋ? ਮੈਂ ਆਪਣੇ ਬੇਟੇ ਨਾਲ ਰਹਿੰਦੀ ਹਾਂ। ਅੱਛਾ ਜੀ, ਸੋ ਬੇਟੇ ਦਾ ਬਾਰੇ ਕੁਝ ਸ਼ੇਅਰ ਕਰਨਾ ਚਾਹੋਗੇ? ਨਹੀਂ ਨਹੀਂ, ਮੈਂ ਤਾਂ ਉਹਨਾਂ ਦੇ ਬਾਰੇ ਚ ਕਹਿ ਰਹੀ ਸੀ ਕਿ ਭਾਵੇਂ ਹੁਣ ਨਹੀਂ ਹੈ ਕਿ ਅਸੀਂ 50 ਸਾਲ ਰਲ ਕੇ ਕੱਟੇ ਨੇ। ਓ, 50 ਸਾਲ। ਹਾਂ, 50 ਸਾਲ ਅਸੀਂ ਰਲ ਕੇ ਕੱਟੇ ਨੇ। ਜੀ ਜੀ, ਮੈਂ ਹੁਣ 80 ਸਾਲਾਂ ਦੀ ਹੋ ਗਈ ਹਾਂ, ਪਰ ਉਹਨਾਂ ਦੇ ਉਹਨਾਂ ਦਾ ਸਾਥ ਅੱਜ ਵੀ ਮੈਂ ਬਹੁਤ ਮਿਸ ਕਰਨੀ ਹਾਂ। ਲੇਕਿਨ ਉਹਨਾਂ ਦਾ ਸੁਭਾਅ ਬੜਾ ਅੱਛਾ, ਬੜਾ ਮਿਹਨਤੀ, ਅਖੀਰਲੇ ਦਿਨ ਤੱਕ ਕੰਮ ਕਰਦੇ ਰਹੇ ਨੇ। ਅੱਛਾ, ਔਰ ਬੜੇ ਇਮਾਨਦਾਰ, ਇਤਨੇ ਇਮਾਨਦਾਰ ਸੀ ਕਿ ਮੈਨੂੰ ਕਈ ਵਾਰੀ ਲੱਗਣਾ ਕਿ ਭਈ ਇਤਨੀ ਵੀ ਇਮਾਨਦਾਰੀ, ਮੈਨੂੰ ਕਹਿਣਾ ਤੁਹਾਨੂੰ ਇਨਾਮ ਮਿਲ ਜਾਣਾ, ਇਨਾਮ ਇਤਨੀ ਇਮਾਨਦਾਰੀ ਕਰਦੇ ਹੋ ਤੁਸੀਂ। ਪਰ ਫਿਰ ਉਹਨਾਂ ਚ ਬੜਾ ਗੁੱਸਾ ਸੀਗਾ, ਗੁੱਸੇ ਵਾਲੇ ਤੇ ਨਹੀਂ ਸੀ, ਜਿੱਦੀ ਸੀ, ਸਾਈਕਲਾਂ ਦੀ ਜੇਕਰ ਨਾ ਨਿਕਲ ਕੇ ਮੂੰਹ ਚੋਂ ਪਿਆਰ ਨਹੀਂ ਕਰਾ ਸਕਦੇ। ਬਾਕੀ ਉਹਨਾਂ ਸਾਰੇ ਬੜੇ ਅੱਛੇ ਗੁਣ। ਥੈਂਕ ਯੂ ਸੋ ਮੱਚ, ਤੁਸੀਂ ਸ਼ੇਅਰ ਕੀਤਾ, ਮੈਂ ਹੋਰ ਪੁੱਛਦੀ ਹਾਂ। ਥੈਂਕ ਯੂ, ਤੁਸੀਂ ਇੰਜੀ ਕਾਲ ਕਰਿਆ ਕਰੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਗਿਆਨ ਸਿੰਘ ਜੀ। ਹਾਂਜੀ, ਅੱਜ ਪ੍ਰੋਗਰਾਮ ਆਪਣਾ ਇਹ ਆ ਰਿਹਾ ਵੀ ਹਸਬੈਂਡ ਵਾਈਫ ਬਾਰੇ ਹੈ ਜੀ। ਨਹੀਂ, ਹਸਬੈਂਡ ਬਾਰੇ ਵਾਈਫ ਬਾਰੇ ਨਹੀਂ ਹੈ, ਜਿਹਦੇ ਨਾਲ ਰਹਿੰਦੇ ਹੋ, ਉਹ ਮਾਂ ਪਿਓ, ਬੱਚਾ, ਭੈਣ ਭਰਾ ਕੋਈ ਵੀ ਹੋ ਸਕਦਾ ਹੈ। ਦੇਖੋ ਜੀ, ਬਾਕੀ ਰਹਿਣ ਦੀ ਗੱਲ ਇਹ ਆ ਵੀ ਪਹਿਲਾਂ ਤਾਂ ਅਸੀਂ ਸਾਰੇ ਬੱਚਿਆਂ ਨਾਲ ਵੀ ਰਹੇ ਆ, ਮਾਂ ਪਿਓ ਨਾਲ ਵੀ ਰਹੇ ਆ। ਇਸ ਵੇਲੇ ਕਿਹਦੇ ਨਾਲ ਰਹਿ ਰਹੇ ਹੋ? ਹੁਣ ਅਸੀਂ ਆਪੋ ਵਿੱਚ ਹੀ ਰਹਿ ਰਹੇ ਆ। ਹਾਂਜੀ, ਸੋ ਵਾਈਫ ਦੇ ਬਾਰੇ ਦੱਸੋ ਫਿਰ। ਹਾਂ, ਵਾਈਫ ਇਹ ਆ ਵੀ ਸਾਡੇ ਵਿਆਹ ਦੇ 67 ਸਾਲ ਪੂਰੇ ਹੋ ਗਏ, 67 ਯੀਅਰ ਜੀ ਜੀ 8 ਲੱਗ ਗਏ ਆ। ਹੈ ਜੀ, ਹੈ ਜੀ ਜੀ, ਵਾਓ, 67 ਯੀਅਰਸ ਹੋ ਚੁੱਕੇ ਆ। ਵਾਹਿਗੁਰੂ, ਚਲੋ ਗੋਡ ਬਲੈਸ। ਉਦੋਂ ਸਾਡੇ ਜ਼ਮਾਨੇ 'ਚ ਇਹ ਹੁੰਦਾ ਸੀ ਵੀ ਲੜਕੀ ਦਾ ਵਿਆਹ ਕਰਕੇ 3 ਸਾਲ ਦੇ ਬਾਅਦ ਘਰੋਂ ਤੋਰਦੇ ਸੀ, ਉਹਨੂੰ ਮਕਲਾਵਾ ਕਹਿੰਦੇ ਸੀਗੇ। ਜੀ ਜੀ, ਠੀਕ ਹੈ। 64 ਤੋਂ ਜਿਉਂ ਆਈ ਆ ਇਹ, ਇੱਕ ਦਿਨ ਵੀ ਅਸੀਂ ਵੱਖਰੇ ਨਹੀਂ ਰਹਿ ਕਦੇ ਵੀ, ਇਹ ਪੇਕੇ ਘਰ ਵੀ ਜੇ ਰਹੀ, ਵੈਸੇ ਰਹੇ ਨਹੀਂ ਅਸੀਂ, ਕਈ ਯਾਰ ਮਿਲ ਕੇ ਆ ਗਏ ਸੀ, ਹੈ ਨਾ, ਕੋਈ ਵਿਆਹ ਸ਼ਾਦੀ ਹੋਇਆ, ਰਾਤ ਰਹਿ ਪੈਣੇ ਤੇ ਰਹੇ ਨੀ, ਇੱਕ ਦਿਨ ਵੀ ਅਸੀਂ ਵੱਖਰੇ ਰਹੇ ਨੀ, ਵੱਡੀ ਗੱਲ ਇਹ ਆ। ਵਾਓ, ਤੇ ਹੁਣ ਉਹਨਾਂ ਦੀ ਕੋਈ ਚੰਗਿਆਈ ਦੱਸੋ। ਚੰਗਿਆਈਆਂ ਇਹ ਚ ਸਾਰੀਆਂ ਹੈਗੀਆਂ ਇਹਦੇ ਵਿੱਚ, ਹੈ ਨਾ ਜੀ। ਸਭ ਤੋਂ ਵੱਡੀ ਚੰਗਿਆਈ ਆ ਵੀ ਮੈਂ ਕੋਈ ਵੀ ਜਿਹੜਾ ਕੰਮ ਮੇਰੇ ਮਨ ਵਿੱਚ ਆਵੇ ਮੈਂ ਇਹਨੂੰ ਦੱਸ ਦੇਵਾਂ, ਇਹਨੇ ਨਹੀਂ ਕਹਿਣਾ ਵੀ ਨਹੀਂ ਇਹ ਠੀਕ ਹੋਣਾ ਜੀ, ਦੇਖ ਲਓ ਜੋ ਤੁਸੀਂ ਕਿਹਾ ਇਸ ਤੋਂ ਵੱਧ ਨਹੀਂ ਠੀਕ ਹੋ ਸਕਦਾ, ਹੈ ਨਾ ਜੀ।
ਮੇਨ ਜਿਹੜਾ ਸਾਡਾ ਸਾਡਾ ਜਿਹੜਾ ਜਿਹਨੂੰ ਕਹਿੰਦੇ ਹੋਬੀ ਸੀਗੀ ਸਾਡੀ ਉਹ ਸੀ ਰਿਸ਼ਤੇ ਨਾਤੇ ਜੋੜਨ ਵਾਲੀ। ਚਲੋ ਘਰੇਲੂ ਕੰਮ ਤੇ ਸਾਰੇ ਸਾਡੇ ਚੱਲ ਰਹੇ ਸੀਗੇ। ਸੋ ਇਹਨਾਂ ਦੇ ਬਾਰੇ ਦੂਜੀ ਗੱਲ ਉਹ ਮੈਨੂੰ ਪਤਾ ਤੁਹਾਡਾ, ਪਹਿਲੀ ਗੱਲ ਕਿ ਕਦੀ ਉਹਨਾਂ ਨੇ ਨਾ ਨਹੀਂ ਕੀਤੀ ਜੋ ਤੁਸੀਂ ਕਿਹਾ ਉਹਨੂੰ ਠੀਕ ਕਿਹਾ, ਦੂਜੀ ਗੱਲ ਦੂਜੀ ਗੱਲ ਅਸੀਂ ਰਿਸ਼ਤੇ ਨਾਤੇ ਕਰਾਉਂਦੇ ਸੀ, ਆਮ ਲੋਕ ਸਾਡੇ ਘਰ ਆਉਂਦੇ ਸੀਗੇ। ਨਹੀਂ ਇਹਨਾਂ ਦੇ ਬਾਰੇ ਉਹ ਤਾਂ ਤੁਸੀਂ ਕਰਦੇ ਸੀ ਨਾ, ਬਹੁਤ ਸਹਿਯੋਗ ਦਿੱਤਾ ਉਹਦੇ ਚ ਮੇਰਾ ਸਹਿਯੋਗ ਜੀ ਜੀ ਬਹੁਤ ਸਹਿਯੋਗ ਦਿੱਤਾ। ਹੁਣ ਅਸੀਂ 2006 ਤੋਂ ਵੱਖਰੇ ਰਹਿ ਰਹੇ ਆ। ਅੱਛਾ ਜੀ। ਹੈ ਜੀ। ਅਸੀਂ ਸ਼ਹਿਰ ਚ ਰਹਿ ਰਹੇ ਆ, ਪਹਿਲਾਂ ਅਸੀਂ ਪਰਿਵਾਰ ਪਹਿਲਾਂ ਇੰਡੀਆ ਵੀ ਇਕੱਠੇ ਰਹੇ, ਫਿਰ ਅਮਰੀਕਾ ਆ ਕੇ ਵੀ ਅਸੀਂ। ਸੋ ਤੀਜੀ ਗੱਲ ਉਹਨਾਂ ਦੇ ਬਾਰੇ, ਸਮਾਂ ਹੋਰ ਨਹੀਂ ਹੈ ਗਿਆਨ ਸਿੰਘ ਜੀ, ਅੱਜ ਸਿਰਫ ਪਾਰਟਨਰ ਦੇ ਬਾਰੇ ਤਿੰਨ ਗੱਲਾਂ। ਸੋ ਸਪੋਰਟ ਬਹੁਤ ਕਰਦੇ ਨੇ, ਹਾਂ ਚ ਹਾਂ ਮਿਲਾਉਂਦੇ ਨੇ, ਹੋਰ ਹਾਂ ਨੇ ਹਾਂ ਮਿਲਾਉਂਦੇ ਨੇ, ਸਪੋਰਟ ਕਰਦੇ ਨੇ। ਹਾਂਜੀ। ਤੀਜੀ ਗੱਲ ਇਹ ਹੈਗੀ ਹੈ ਜੇ ਮੈਨੂੰ ਮਾੜੀ ਤਕਲੀਫ ਹੋਵੇ ਤੇ ਆਪਣਾ ਨੂੰ ਜ਼ਿਆਦਾ ਮਹਿਸੂਸ ਕਰਨ ਲੱਗ ਪੈਂਦੀ ਆ। ਇਹਦੇ ਚ ਇਹ ਗੱਲ, ਮੈਨੂੰ ਥੋੜੀ ਹੋਵੇ ਇਹ ਉਹ ਜ਼ਿਆਦਾ ਮਹਿਸੂਸ ਕਰੂਗੀ, ਪਤਾ ਲੱਗੇ ਇਹਨੂੰ ਵੀ ਮਾੜੀ ਜੀ ਨੂੰ ਪ੍ਰੋਬਲਮ ਹੈਗੀ ਆ ਤੇ ਜ਼ਿਆਦਾ ਮਹਿਸੂਸ ਕਰਦੀ ਮੇਰੇ ਤੋਂ ਵੀ। ਜੀ 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 ਕੇਅਰਿੰਗ ਨੇ, ਬਹੁਤ ਕੇਅਰਿੰਗ ਨੇ, ਜਿੰਨੀ ਬਾਕੀ ਰਹਿ ਗਈ ਇਕੱਠਿਆਂ ਨੇ ਵੀ ਜਾਵੇ। ਵਾਹਿਗੁਰੂ ਵਾਹਿਗੁਰੂ ਤੁਹਾਨੂੰ ਹਮੇਸ਼ਾ ਸਿਹਤਮੰਦ ਰਵੇ ਜੀ, ਤੁਹਾਡਾ ਸਾਥ ਬਣਿਆ ਰਵੇ, ਇਹ ਸਾਡੇ ਸਾਰਿਆਂ ਦੀ ਅਰਦਾਸ ਹੈ। ਔਰ ਬਹੁਤ ਸੋਹਣੇ, ਯੂ ਨੋ ਆਈ ਥਿੰਕ ਤੁਸੀਂ ਸਮਝੋਗੇ, ਹੁਣ ਤੱਕ ਮੈਨੂੰ ਐਕਸਪਲੇਨ ਕਰਨ ਦੀ ਵੀ ਲੋੜ ਨਹੀਂ ਕਿ ਐਕਸਰਸਾਈਜ਼ ਦਾ ਮਤਲਬ ਕੀ ਹੈ, ਕਿ ਕਦੀ ਵੀ ਜੋ ਅਸੀਂ ਨਾਲ ਰਹਿੰਦੇ ਅਸੀਂ ਵੀ ਟੇਕ ਦੈਮ ਸੋ ਮਚ ਫੋਰ ਗ੍ਰਾਂਟਡ, ਇੰਨਾ ਜ਼ਿਆਦਾ ਉਹਨਾਂ ਨੂੰ ਫੋਰ ਗ੍ਰਾਂਟਡ ਅਸੀਂ ਲੈ ਲੈਂਦੇ ਹਾਂ ਕਿ ਯੂ ਨੋ ਸੋਚਣ ਲੱਗਿਆਂ ਲਿਸਟ ਜਿਹੜੀ ਹੈ ਉਹ ਸੋਚਣੀ ਪੈਂਦੀ ਹੈ ਕਈ ਵਾਰੀ। ਸੋ ਖਾਸ ਤੌਰ 'ਤੇ ਜਿਹੜੇ ਇੱਕ ਇਹਨਾਂ ਲਾਸਟ ਤੋਂ ਲਾਸਟ ਕਾਲਰ ਸੀਗੇ ਜਿਨ੍ਹਾਂ ਨੇ ਕਿਹਾ ਕਿ ਉਹ ਹਸਬੈਂਡ ਬਾਰੇ ਸ਼ੇਅਰ ਕਰਨਾ ਚਾਹੁੰਦੇ ਨੇ, ਉਹ ਮੈਂ ਉਹਨਾਂ ਨੂੰ ਉਹਨਾਂ ਦੀ ਬਜ਼ੁਰਗੀ ਅਤੇ ਉਹਨਾਂ ਦੀ ਉਹ ਦੇਖ ਕੇ ਮੈਂ ਕਹਿ ਨਹੀਂ ਸਕੀ, ਪਰ ਕੋਸ਼ਿਸ਼ ਇਹੀ ਸੀ ਕਿ ਜੇ ਉਹ ਆਪਣੇ ਬੱਚੇ ਬਾਰੇ ਜਿਨ੍ਹਾਂ ਨਾਲ ਉਹ ਰਹਿ ਰਹੇ ਨੇ ਉਹਦੇ ਬਾਰੇ ਕਹਿਣ, ਕਿਉਂਕਿ ਬਹੁਤ ਅਸੀਂ ਉਹ ਸਾਰਾ ਕੁਝ ਕਰ ਸਕਦੇ ਹਾਂ ਜਦੋਂ ਕੋਈ ਦੂਰ ਹੁੰਦਾ ਹੈ, ਚਲਾ ਜਾਂਦਾ ਹੈ, ਉਹਨਾਂ ਦੀ ਸਿਰਫ ਚੰਗਿਆਈਆਂ ਯਾਦ ਰਹਿੰਦੀਆਂ ਸਾਨੂੰ, ਪਰ ਜਿਨ੍ਹਾਂ ਨਾਲ ਅਸੀਂ ਰਹਿ ਰਹੇ ਹੁੰਦੇ ਹਾਂ ਉਹ ਭਾਵੇਂ ਔਖਾ ਸੌਖਾ ਆਪਸ ਬਣ ਰਹੀ ਹੈ ਨਹੀਂ ਬਣ ਰਹੀ, ਡਿਫਰੈਂਸ ਆਫ ਓਪੀਨੀਅਨ ਹੈ, ਤਰੀਕਾ ਫਰਕ ਹੈ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਛੀਆਂ ਹੁੰਦੀਆਂ, ਤਾਂ ਉਹਨਾਂ ਨੂੰ ਅਗਰ ਯਾਦ ਕਰੀਏ ਔਰ ਉਹਨਾਂ ਦੀ ਲਿਸਟ ਬਣਾਈਏ, ਕੌਨਸ਼ੀਅਸ ਐਫਰਟ ਕਰੀਏ, ਤਾਂ ਡੈਫੀਨੇਟਲੀ ਤੁਸੀਂ ਦੇਖੋਗੇ ਕਿ ਕਿੰਨੇ ਬਲੈਸਡ ਹੋ ਤੁਸੀਂ। ਸੋ ਥੈਂਕ ਯੂ ਸੋ ਮੱਚ, ਰੀਅਲੀ ਬਲੈਸਡ, ਐਂਡ ਯੂ ਨੋ ਆਈ ਐਮ ਵੈਰੀ ਬਲੈਸਡ। ਮੇਰੇ ਕੋਲ ਬੜੀ ਉਹ ਸੀਗੀ ਕਿ ਜੇ ਕਾਲਸ ਘੱਟ ਆਈਆਂ ਤਾਂ ਮੈਂ ਆਪਣਾ ਸ਼ੇਅਰ ਕਰਦੀ ਰਹਾਂਗੀ, ਪਰ ਸਮਾਂ ਬਹੁਤ ਨਹੀਂ ਮਿਲਿਆ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।